ਤੁਹਾਨੂੰ ਖਾਣ ਦੇ ਟੰਗ ਦੱਸਾਂਗੇ ਖਾਣਾ ਤੁਹਾਡੀ ਹੋਏਗਾ ਸਭ ਕੁਝ ਤੁਹਾਡੇ ਘਰ ਚ ਅਵੇਲੇਬਲ ਹੋਏਗਾ ਪਰ ਜਿਹੜਾ ਅਸੀਂ ਤਰੀਕਾ ਤੁਹਾਨੂੰ ਦੱਸਾਂਗੇ ਉਹ ਤਰੀਕਾ ਵਰਤਨ ਦੇ ਨਾਲ ਹੀ ਤੁਹਾਡੀ ਜਿਹੜੀ ਸਰੀਰੀ ਕਮਜ਼ੋਰੀ ਹੈਗੀ ਹੈ ਉਹ ਫੁਰ ਹੋ ਜਾਏਗੀ ਇਹ ਇਹ ਕੀ ਪਰਣ ਲੱਗੇ ਹੋਏ ਨੇ ਜੀ ਸੰਦੀਪ ਜੀ ਇਹ ਇਹ ਆਯੁਰਵੈਦਿਕ ਨਹੀਂ ਅਸੀਂ ਇੱਕ ਤਰ੍ਹਾਂ ਦਾ ਬਰੂਧ ਹੀ ਹੈ ਭਾਰਤ ਦਾ ਪਿਆਏ ਦੇ ਵਿੱਚ ਇਹ ਸਰਦੀਆਂ ਵਾਸਤੇ ਮਤਲਬ ਕਾਰਤੂਸਾਂ ਚ ਬਰੂਧ ਪਰਣ ਲੱਗੇ ਹਾਂਜੀ ਸਰਦੀਆਂ ਵਾਸਤੇ ਨਾ ਇਹ ਕਾਰਤੂਸੀ ਨੇ ਬੁੱਤਰੋ ਕਿਸੇ ਵੀ ਤਰ੍ਹਾਂ ਨਾ ਠੰਡ ਪੈ ਰਹੀ ਏ ਅੰਦੁਮਕਾ ਤੁਮਕਾਂ ਦਾ ਵੀਰ ਜ਼ਿੰਦਗੀ ਕਰਨ ਲਈ ਆਇਆ ਹੈ ਤੇ ਸੁਪਰਡੋਸ਼ ਹੋ ਰਿਹਾ ਹੈ ਤੇ ਟਾਈਮਿੰਗ ਜਿਹੜੀ ਉਹ 1 ਮਿੰਟ ਤੋਂ ਵੀ ਘਟ ਗਈ ਏ ਤੇ ਕੋਲ ਜਾਂਦੇ ਆ ਫਾਰਕ ਹੋ ਜਾਂਦੇ ਨੇ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਕਰੰਟ ਬਿਲਕੁਲ ਨਹੀਂ ਆ ਰਿਹਾ ਜਦੋਂ ਉਹ ਆਪਣੇ ਆਪ ਨਿਕਲਦਾ ਹੈ ਉਹਦੇ ਨਾਲ ਉਹਨਾਂ ਦੀ ਟਾਈਮਿੰਗ ਜ਼ੀਰੋ ਹੋ ਜਾਂਦੀ ਹੈ ਔਰ ਹੌਲੀ ਹੌਲੀ ਕਰਕੇ ਮਰਦਾਨਾ ਜਿਹੜੀ ਤਾਕਤ ਹੈ ਉਹ ਬਿਲਕੁਲ ਖਤਮ ਅਸੀਂ ਤੇ ਕਹਿੰਦੇ ਹੁੰਨੇ ਆ ਕਿ ਮੈਰਿਜ ਰੱਖੋ ਤੇ ਇੱਕ ਦਿਨ ਪਹਿਲਾਂ ਆ ਜਾਓ ਜੇ ਤੁਹਾਨੂੰ ਇਹ ਪ੍ਰੋਬਲਮ ਇਦਾਂ ਦੀ ਹੈਗੀ ਹੈ ਤੇ ਤੁਸੀਂ ਦਰਦੇ ਸ਼ਾਦੀ ਨਹੀਂ ਕਰਾ ਰਹੇ ਤਾਂ ਅਸੀਂ ਕਹਿੰਦੇ ਇੱਕ ਦਿਨ ਪਹਿਲਾਂ ਆਜੋ ਹੋਰ ਦੱਸੋ ਜੀ ਸ਼ਾਦੀ ਰਾਕੇ ਮਹੀਨਾ ਆਣਾ ਤਾਂ ਬੜੀ ਦੂਰ ਦੀ ਗੱਲ ਹੈ। ਡਰਾਈ ਫਰੂਟ ਖਾਣ ਦਾ ਸਰਦੀਆਂ 'ਚ ਨੁਕਸਾਨ ਡਾਕਟਰ? ਹਾਂਜੀ ਬੇਚਵਾਰਿਆਂ ਵਾਲਾ ਦੁੱਧ ਤਾਂ ਆਮ ਹੀ ਪ੍ਰਚਲਿਤ ਹੈਗਾ। ਠੀਕ ਹੈ ਜੀ ਉਹਨੂੰ ਉਵਾਲ-ਵਾਲ ਕੇ ਸੰਗਣਾ ਕਰਕੇ ਤੇ ਪੀਤਾ ਜਾਂਦਾ ਹੈ। ਔਰ ਉਹਦੇ ਤੋਂ ਇਲਾਵਾ ਬਦਾਮ ਜਾਂ ਗਿਰੀਆਂ ਮੁਠੀਆਂ ਭਰ-ਭਰ ਖਾਧੀਆਂ ਜਾਂਦੀਆਂ ਨੇ। ਦੇ ਕਾਜੂ ਜਾਂ ਫਾਸ ਕੋਈ ਵੀ ਡ్రਾਈ ਫਰੂਟ ਜਾਣੇ ਕਿ ਕਹਿ ਸਕਦੇ ਆ ਜਦ ਕਿ ਠੀਕ ਨਹੀਂ ਹੁੰਦੇ ਉਹਨਾਂ ਨੂੰ ਉਲਟਾ ਨੁਕਸਾਨ ਹੁੰਦਾ ਹੈ ਇਹਦਾ ਟਾਈਮ ਫਾਸਲੀ ਕੈਪਸੂਲ ਨੇ ਆ ਕੈਪਸੂਲ ਦੀ ਆ ਗੋਲੀ ਹੈ ਆਯੁਰਵੈਦਿਕ ਅਸੀਂ ਹੱਥ ਨਾਲ ਵੱਟੀ ਹੋਈ ਹੈ ਇਹਨਾਂ ਦੋਨਾਂ ਨੂੰ ਮਿਲਾ ਕੇ ਹੀ ਟਾਈਮ ਵਾਸਤੇ ਦੇਣੇ ਆ ਜੇ ਘਰ ਕੋਈ ਕਹਿੰਦਾ 1 ਮਿੰਟੇ ਲੱਗਦਾ ਤੁਸੀਂ ਕਹਿੰਦੇ 1 ਘੰਟਾ ਲੱਗਦਾ। ਤੋੜ ਕੇ ਵੇਖੋ ਜਿੰਦਾ 10 ਕਿਲੋ weight ਘਟ ਜਾਂਦਾ। ਜੇ ਉਹ 90 ਕਿਲੋ weight ਹੈ 10 ਘਟ ਕੇ 80 ਤੇ ਆ ਗਿਆ। ਉਹਨੇ ਤਾਂ ਆਪਣੇ ਆਪ ਛਾਲ ਮਾਰ ਕੇ ਉੱਠਣਾ। ਕੋਈ ਗੋਲੀਆਂ ਤੇ ਲੱਗ ਗਿਆ, ਕੋਈ ਕੈਪਸੂਲਾਂ ਤੇ ਲੱਗ ਗਿਆ, ਕੋਈ ਕਿੰਨੇ ਮਹੀਨੇ ਪਰੈਗਾ ਕੈਪਸੂਲ ਖਾਣਾ, ਕੋਈ ਕੁਝ ਕਹਿੰਦਾ ਕੋਈ ਕੁਝ ਕਰਦਾ। ਅਸੀਂ ਕਹਿੰਨੇ ਆ ਕਿ ਜੇ ਕਿਸੇ ਕੋਈ ਦਲਦਲ ਦੇ ਵਿੱਚ ਫਸ ਗਿਆ, ਇਸ ਤਰ੍ਹਾਂ ਦੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ, ਉਹਦੇ ਕੋਲੋਂ ਨਹੀਂ ਨਿਕਲਿਆ ਜਾਂਦਾ ਤੇ ਆਓ ਅਸੀਂ ਕੱਢਦੇ ਆ। ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੌਸਮ ਬਦਲ ਰਿਹਾ ਹੈ ਮੌਸਮ ਬਦਲਣ ਦੇ ਨਾਲ-ਨਾਲ ਸਾਡਾ ਖਾਣ-ਪੀਣ ਵੀ ਹੈ ਜਿਹੜਾ ਉਹ ਬਦਲ ਜਾਂਦਾ ਹੈ ਅਜਿਹੇ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜੋ ਸਰਦੀਆਂ ਦੇ ਵਿੱਚ ਬੜੇ ਚਾਹੀ ਚਾਹੀ ਲੋਕਾਂ ਵੱਲੋਂ ਖਾਧੀਆਂ ਜਾਂਦੀਆਂ ਨੇ ਪਰ ਬਹੁਤ ਵਾਰ ਹੁੰਦਾ ਹੈ ਕਿ ਜੇਕਰ ਸਾਨੂੰ ਸਹੀ ਜਾਣਕਾਰੀ ਨਹੀਂ ਹੈ ਤਾਂ ਸਰਦੀਆਂ ਦੇ ਵਿੱਚ ਖਾਧੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਕਰਦੀਆਂ ਨੇ ਘਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਉਹ ਵਾਟ ਸਕਦੀਆਂ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਬਾਰਡਰ ਵਾਲੇ ਵੈਦ ਡਾਕਟਰ ਗੁਰਚਰਨ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਨੁਸਖਾ ਫਾਰਮੂਲਾ ਅੱਜ ਤੁਹਾਡੇ ਨਾਲ ਉਹ ਸਾਂਝਾ ਕਰਨ ਵਾਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਹੀ ਮਿਕਦਾਰ ਸਹੀ ਗਿਣਤੀ ਤੇ ਸਹੀ ਸਮਾਂ ਜੇਕਰ ਅਸੀਂ ਸਰਦੀਆਂ ਦੇ ਵਿੱਚ ਕਿਸੇ ਵੀ ਭੋਜਨ ਪਦਾਰਥ ਨੂੰ ਖਾਣ ਦਾ ਬੰਨ ਲਈਏ ਨਿਸ਼ਚਿਤ ਕਰ ਲਈਏ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੀਆਂ ਦੂਰ ਹੋ ਸਕਦੀਆਂ ਨੇ ਸਾਡੇ ਨਾਲ ਨੇ ਬਾਰਡਰ ਵਾਲੇ ਵੈਦ ਡਾਕਟਰ ਗੁਰਚਰਨ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਕੀ ਗੱਡੀ ਵੀ ਪੰਜਾਬੀ ਤੇ ਜੀ ਤੁਹਾਡਾ ਵੀ ਜੀ ਬਹੁਤ-ਬਹੁਤ ਔਰ ਦਰਸ਼ਕਾਂ ਦਾ ਵੀ ਜੀ ਆਨ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਤੁਸੀਂ ਮੈਨੂੰ ਆਉਂਦੇ ਸਾਰੇ ਕਿਹਾ ਕਿ ਫਰੁਕੀ ਸਾਹਿਬ ਅੱਜ ਅਸੀਂ ਇਸ ਤਰ੍ਹਾਂ ਦੀ ਵੀਡੀਓ ਦੇਣ ਵਾਲੇ ਹਾਂ ਕਿ ਤੁਹਾਨੂੰ ਖਾਣ ਦੇ ਟੰਗ ਦੱਸਾਂਗੇ ਖਾਣਾ ਤੁਹਾਡੀ ਹੋਏਗਾ ਸਭ ਕੁਝ ਤੁਹਾਡੇ ਘਰ ਚ ਅਵੇਲੇਬਲ ਹੋਏਗਾ ਪਰ ਜਿਹੜਾ ਅਸੀਂ ਤਰੀਕਾ ਤੁਹਾਨੂੰ ਦੱਸਾਂਗੇ ਉਹ ਤਰੀਕਾ ਵਰਤਨ ਦੇ ਨਾਲ ਹੀ ਤੁਹਾਡੀ ਜਿਹੜੀ ਸਰੀਰੀ ਕਮਜ਼ੋਰੀ ਹੈਗੀ ਹੈ ਉਹ ਫੁਰ ਹੋ ਜਾਏਗੀ ਜਾਂ ਤੁਹਾਨੂੰ ਥਕਾਵਟ ਰਹਿੰਦੀ ਹੈ ਥਕਾਵਟ ਨਹੀਂ ਰਹਿਣੀ ਕਿਹੜਾ ਨੁਸਖਾ ਫਾਰਮੂਲਾ ਜੀ ਤੁਸੀਂ ਕਹਿ ਰਹੇ ਹੋ ਤੁਸੀਂ ਇੱਥੇ ਕੁਝ ਰੱਖਿਆ ਵੀ ਨਹੀਂ ਹੋਇਆ ਦੱਸਿਆ ਵੀ ਨਹੀਂ ਦੱਸ ਵੀ ਨਹੀਂ ਦੇ ਬਹੁਤ ਵਧੀਆ ਨੁਕਸਾ ਹੈ ਚਲੋ ਅਸੀਂ ਮਰੀਜ਼ਾਂ ਨੂੰ ਦੱਸ ਦਿੰਨੇ ਆ ਅਮ ਹਰ ਪੇਸ਼ੈਂਟ ਸਰਦੀਆਂ ਦੇ ਮੌਸਮ ਦੇ ਵਿੱਚ ਕੋਸ਼ਿਸ਼ ਕਰਦੇ ਨੇ مشوارے ਖਾ ਲਈਏ مشوارਿਆਂ ਵਾਲਾ ਦੁੱਧ ਤਾਂ ਆਮ ਹੀ ਪ੍ਰਚਲਿਤ ਹੈਗਾ ਠੀਕ ਹੈ ਜੀ ਉਹ ਵਾਲ ਵਾਲ ਕੇ ਸੰਗਣਾ ਕਰਕੇ ਤੇ ਪੀਤਾ ਜਾਂਦਾ ਔਰ ਉਹਦੇ ਤੋਂ ਇਲਾਵਾ ਬਦਾਮ ਜਾਂ ਗਿਰੀਆਂ ਮੁਠੀਆਂ ਭਰ ਭਰ ਖਾਧੀਆਂ ਜਾਂਦੀਆਂ ਨੇ ਤੇ ਕਾਜੂ ਜਾਂ ਕੋਈ ਵੀ ਡਰਾਈ ਫਰੂਟ ਜਾਂ ਨਹੀਂ ਕੇ ਕਹਿ ਸਕਦੇ ਆ ਔਰ ਇਹਦੀ ਤਸਵੀਰ ਗਰਮ ਹੁੰਦੀ ਹੈ ਤਸੀਰ ਗਰਮ ਹੋਣ ਕਰਕੇ ਸੋਚਦੇ ਨੇ ਵੀ ਸਰਦੀਆਂ ਐ ਠੰਡ ਲੱਗ ਜੇਗੀ ਇਹ ਖਾਜੇ ਹੁਣ ਖਾਣ ਦਾ ਮੌਕਾ ਹੈ ਔਰ ਖਾਸ ਕਰਕੇ ਜਿੰਨਾਂ ਨੂੰ ਨਮਰਦੀ ਦੀ ਪ੍ਰੋਬਲਮ ਐ ਜਿਹੜੇ ਗੁਪਤ ਰੋਗਾਂ ਦੇ ਪ੍ਰੋਬਲਮ ਦੇ ਵਿੱਚ ਨੇ ਜਿੰਨਾਂ ਨੂੰ ਆ ਚੁੱਕੇ ਹੋਏ ਐ ਪ੍ਰੋਬਲਮ ਉਹ ਬਹੁਤ ਕੋਸ਼ਿਸ਼ ਕਰਦੇ ਨੇ ਵੀ ਇਹਨਾਂ ਨੂੰ ਖਾ ਖਾਜੇ ਤੇ ਖਾਣ ਦੇ ਨਾਲ ਵੀ ਅਸੀਂ ਠੀਕ ਹੋ ਜਾਾਂਗੇ ਜਦ ਕਿ ਉਹ ਠੀਕ ਨਹੀਂ ਹੁੰਦੇ ਅੱਛਾ ਉਹਨਾਂ ਨੂੰ ਉਲਟਾ ਨੁਕਸਾਨ ਹੁੰਦਾ ਹੈ ਇਹਦਾ ਕਿ ਕਿਉਂਕਿ ਇਹ ਤਸੀਰ ਗਰਮ ਹੁੰਦੀ। ਮਤਲਬ ਡਰਾਈ ਫਰੂਟ ਖਾਣ ਦਾ ਸਰਦੀਆਂ 'ਚ ਨੁਕਸਾਨ ਡਾਕਟਰ ਸਾਹਿਬ? ਹਾਂਜੀ ਬੇਸ਼ੱਕ ਬਾਹਰ ਠੰਡ ਹੁੰਦੀ ਹੈ ਪਰ ਸਰੀਰ ਦਾ ਅੰਦਰਲਾ ਟੈਂਪਰੇਚਰ ਤਾਂ ਸਰੀਰ ਨੇ ਉਹਦੇ ਮੁਤਾਬਕ ਰੱਖਣਾ ਹੈ। ਠੀਕ ਹੈ। ਠੀਕ ਹੈ। ਇਹਦਾ ਮਤਲਬ ਇਹ ਨਹੀਂ ਕਿ ਬਾਹਰ ਠੰਡ ਪੈ ਰਹੀ ਹੈ ਤਾਂ ਤੁਸੀਂ ਹੋਰ ਗਰਮ ਖਾਦੀ ਜੋ ਹੋਰ ਗਰਮ ਖਾਦੀ ਜੋ ਤਾਂ ਉਹ ਕੀ ਹੁੰਦਾ ਹੈ ਜਦੋਂ ਇਦਾਂ ਗਰਮ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਨੇ ਪੇਸ਼ੈਂਟ ਤਾਂ ਕੀ ਕੀਤਾ ਜਾਂਦਾ ਉਹਦੇ ਨਾਲ ਉਹਦੇ ਨਾਲ ਤਾਂਤ ਪੈਣੀ ਸ਼ੁਰੂ ਹੋ ਜਾਂਦੀ। ਅੱਛਾ। ਸੀਮਨ ਜਿਹੜਾ ਬਿਲਕੁਲ ਪਾਣੀ ਬਣ ਜਾਂਦਾ। ਉਹਨੇ ਤੁਮਕਾ ਤੁਮਕਾ ਡਿੱਗਣਾ ਸ਼ੁਰੂ ਹੋ ਜਾਣਾ ਤੁਮਕਾ ਤੁਮਕਾ ਡਿੱਗਣ ਦੇ ਨਾਲ ਸੀਮਨ ਪਤਲਾ ਹੋ ਗਿਆ ਪਾਣੀ ਵਰਗਾ ਹੋ ਗਿਆ ਤਾਂ ਉਹ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਜਦੋਂ ਆਪਣੇ ਆਪ ਨਿਕਲਦਾ ਹੈ ਉਹਦੇ ਨਾਲ ਉਹਨਾਂ ਦੀ ਟਾਈਮਿੰਗ ਜ਼ੀਰੋ ਹੋ ਜਾਂਦੀ ਹੈ ਔਰ ਹੌਲੀ ਹੌਲੀ ਕਰਕੇ ਮਰਦਾਨਾ ਜਿਹੜੀ ਤਾਕਤ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਹੈ ਉਹਨਾਂ ਦੀ ਇਹ ਇਹ ਮਤਲਬ ਫਿਰ ਖਾਣ ਦਾ ਕੋਈ ਟੰਗ ਹੈਗਾ ਜੀ ਡਰਾਈ ਫਰੂਟ ਕਿਵੇਂ ਖਾਧੇ ਜਾ ਸਕਦੇ ਨੇ ਸਰਦੀਆਂ ਦੇ ਵਿੱਚ ਜਾਂ ਸਰਦੀਆਂ ਦੀ ਸ਼ੁਰੂਆਤ ਦੇ ਵਿੱਚ ਜੀ ਜੀ ਖਾਧੇ ਵੀ ਜਾ ਸਕਦੇ ਨੇ ਐਡੇ ਵੀ ਕੋਈ ਗੱਲ ਨਹੀਂ ਹੈਗੀ ਔਰ ਹਰ ਚੀਜ਼ ਦੀ ਲਿਮਟ ਹੁੰਦੀ ਹੈ ਮੰਨ ਲਓ ਹੁਣ ਦੋ ਫੁਲਕੇ ਖਾਣ ਵਾਲੇ ਨੂੰ ਪੰਜ ਪੰਜ ਫੁਲਕੇ ਖੁਆਏ ਜਾਣ ਵੀ ਹੁਣ ਤਾਂ ਸਰਦੀਆਂ ਕੋਈ ਗੱਲ ਨਹੀਂ ਹੈਗੀ ਤੇ ਵੀ ਖਾਦਾ ਜਾਵੇ ਤੇ ਐਵੇਂ ਨਹੀਂ ਹੈ ਹਰ ਚੀਜ਼ ਦੀ ਲਿਮਟ ਹੈ ਜਿੰਨੇ ਕੋ ਕੋ ਪਚਾ ਸਕਦਾ ਓਨਾ ਹੀ ਉਹਨੂੰ ਦਿੱਤਾ ਜਾਂਦਾ ਹੁਣ ਜੇਕਰ ਇਹ ਕਹੀਏ ਕਿ ਕੋਈ ਪੰਜ ਗਿਰੀਆਂ ਬਦਾਮ ਦੀਆਂ ਲਵੇ ਤਾਂ ਉਹਨਾਂ ਨੂੰ ਰਾਤ ਨੂੰ ਭਿਉਣ ਲਵੇ ਤੇ ਜੇ ਅਸੀਂ ਉਹਨੂੰ ਪੰਜ ਦੀ ਬਜਾਏ ਮੁਠੀ ਭਰ ਕੇ ਖਾਣਾ ਸ਼ੁਰੂ ਕਰ ਦਈਏ ਤਾ ਇੱਕ ਨਾ ਇੱਕ ਦਿਨ ਸਾਡਾ ਇਸ ਤਰ੍ਹਾਂ ਦਾ ਹੋ ਜਾਏਗਾ ਕਿ ਉਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀਏ ਕਿ ਉਹਨਾਂ ਦਾ ਸੀਮਨ ਪਤਲਾ ਹੋ ਜਾਏਗਾ ਗਰਮੀ ਪੈ ਜੇਗੀ ਅੰਦਰ ਤੇ ਮਰਦਾਂ ਦੇ ਵਿੱਚ ਤਾਂ ਇਹ ਪ੍ਰੋਬਲਮ ਬੜੀ ਛੇਤੀ ਆਂਦੀ ਹੈ ਡਾਕਟਰ ਸਾਹਿਬ ਇੰਨੀ ਪ੍ਰੋਬਲਮ ਪਹਿਲਾਂ ਤਾਂ ਨਹੀਂ ਹੁੰਦੀ ਸੀ ਪਹਿਲਾਂ ਤਾਂ ਸੁਣਨ ਨੂੰ ਮਿਲਦੇ ਨਹੀਂ ਸੀ ਜੀ ਤੇ ਹੁਣ ਤੇ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਹੈ ਵਧ ਰਹੀ ਹੈ ਕਮਜ਼ੋਰੀ ਆਲੀ ਪਾਸੇ ਕਹਿੰਦੇ ਨੇ ਅਸੀਂ ਖਾਂਦੇ ਗਿਰੀਆਂ ਬਦਾਮ ਪਿਸਤੇ ਦਾਖਾਂ बॉडी जर्न लगे सानू सांस चढ़ ਜਾਂਦਾ हां बिल्कुल जी शरीर ही ਇਦਾਂ ਦੇ ਬਣ ਗਿਆ ਕੁਦਰਤ ਵੱਲੋਂ ਹੀ ਕੁਝ ਸਾਨੂੰ ਫਾਸਟ ਫੂਡ ਹੀ ਇੰਨੇ ਜ਼ਿਆਦਾ ਮਿਲ ਗਿਆ ਖਾਣੇ ਦੇ ਵਿੱਚ ਇਹ ਸਾਨੂੰ ਗਰਮੀ ਮਿਲ ਗਈ ਉਹ ਸਰੀਰ ਦੇ ਵਿੱਚ ਗਰਮੀ ਪੈ ਜਾਂਦੀ ਹੈ ਉਹਦੇ ਵਿੱਚ ਕਰਕੇ ਇਹ ਸਾਰੀਆਂ ਪ੍ਰੋਬਲਮਾਂ ਸਾਹਮਣੇ ਆਣ ਡੀਆਂ ਹਈਆਂ ਨੇ ਸਾਹ ਚੜਨਾ ਕਮਜ਼ੋਰੀ ਮਹਿਸੂਸ ਹੋਣੀ ਜਾਂ ਮਰਦਾਨੇ ਦੀ ਤਾਕਤ ਦੀ ਜਿਹੜੀ ਪ੍ਰੋਬਲਮ ਹੈ ਬੀਬੀਆਂ ਦੇ ਵਿੱਚ ਲਕੂਰੀਏ ਦੀ ਪ੍ਰੋਬਲਮ ਬਹੁਤ ਜ਼ਿਆਦਾ ਅਸੀਂ ਉਹਨਾਂ ਦਾ ਵੀ ਇਲਾਜ ਕਰਦੇ ਆਂ ਜੇ ਕਰ ਕੋ ਹੋਵੇ ਤੇ 10 ਦਿਨ ਦਵਾਈ ਖਾਣੀ ਪੈਂਦੀ ਹੈ ਤਾਂ ਹੰਦਨਾ ਚਲ ਕੋਰੀਆ ਠੀਕ ਹੋ ਜਾਂਦਾ 10 ਦਿਨਾਂ ਚ ਹਾਂ 10 ਕੁ ਦਿਨ ਬਾਅਦ ਤੋਂ ਵੱਧ ਹੱਦ ਕਿਸੇ ਨੂੰ ਕੋਈ ਜ਼ਿਆਦਾ ਕ੍ਰੋਨਿਕ ਪੇਸ਼ੈਂਟ ਹੋਵੇ ਤੇ 15 ਕੁ ਦਿਨ ਖਾਣੀ ਪੈਂਦੀ ਬਸ ਇਦੋਂ ਵੱਧ ਨਹੀਂ ਖਾਣੀ ਡਾਕਟਰ ਸਾਹਿਬ ਇਹ ਕੀ ਵਰਨ ਲੱਗੇ ਹੋਏ ਨੇ ਜੀ ਸੰਦੀਪ ਜੀ ਇਹ ਆਯੁਰਵੈਦਿਕ ਇਹ ਅਸੀਂ ਇੱਕ ਤਰ੍ਹਾਂ ਦਾ ਬਰੂਧ ਹੀ ਹੈ ਭਰਦਾ ਪਿਆਏ ਦੇ ਵਿੱਚ ਇਹ ਸਰਦੀਆਂ ਵਾਸਤੇ ਮਤਲਬ ਕਾਰਤੂਸਾਂ 'ਚ ਬਰੂਧ ਵਰਨ ਲੱਗੇ ਹਾਂਜੀ ਇਹ ਸਰਦੀਆਂ ਵਾਸਤੇ ਨਾ ਇਹ ਕਾਰਤੂਸੀ ਨੇ ਅੱਛਾ ਅੱਛਾ ਠੀਕ ਹੈ ਕੀ ਕੀ ਫਾਇਦਾ ਕਰਨਗੇ ਜੀ ਇਹ ਜਿਨ੍ਹਾਂ ਨੂੰ ਮਰਦਾਨਾ ਤਾਕਤ ਤੇ ਮਤਲਬ ਪ੍ਰੋਬਲਮ ਆ ਗਈ ਮਰਦਾਨ ਤੇ ਉਹਨਾਂ ਦੇ ਵਾਸਤੇ ਗੁਪਤ ਰੋਗ ਕਿਸੇ ਵੀ ਤਰ੍ਹਾਂ ਦਾ ਤਾਂਤ ਪੈ ਰਿਹਾ ਏ ਠੀਕ ਹੈ ਧਮਕਾ ਧਮਕਾ ਦਾ ਵੀਰ ਜਿੰਨੀ ਕਰਨ ਡਿਆ ਹੋਇਆ ਹੈ ਠੀਕ ਹੈ ਤੇ ਸੁਪਰਡੋਸ਼ ਹੋ ਰਿਹਾ ਹੈ ਤੇ ਟਾਈਮਿੰਗ ਜਿਹੜੀ ਉਹ 1 ਮਿੰਟ ਤੋਂ ਵੀ ਘਟ ਗਈ ਏ ਤੇ ਕੋਲ ਜਾਂਦੇ ਫਾਰਕ ਹੋ ਜਾਂਦੇ ਨੇ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਕਰੰਟ ਬਿਲਕੁਲ ਨਹੀਂ ਆ ਰਿਹਾ ਕੋਈ ਸ਼ੂਗਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਇਦਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਂਦੀ ਹੈ ਠੀਕ ਹੈ ਅਸੀਂ ਕਹਿੰਨੇ ਸਾਡੇ ਕੋਲ ਆਓ ਹੁਣ ਇਹ ਕੈਪਸੂਲ ਹੈ ਇਹ ਅਸੀਂ ਡੇਲੀ ਦੇਨੇ ਆ ਤੋ ਕੋਈ 1 ਮਹੀਨਾ ਖਾ ਕੇ ਤਾਂ ਵੇਖੇ ਹਾਂ ਰਿਜ਼ਲਟ ਇਹਦਾ ਦੂਜੇ ਦਿਨ ਤੋਂ ਸ਼ੁਰੂ ਹੋ ਜਾਏਗਾ ਹਾਂ ਮਰੀਜ਼ ਸੋਚੇਗਾ ਵੀ ਮੈਂ ਤਾਂ ਤਿੰਨਾ ਚਾਰਾ ਦਿਨਾਂ ਚ ਇੰਨਾ ਮੈਂ ਤਾਂ ਠੀਕ ਹੋ ਗਿਆ ਪਰ ਅਸੀਂ ਕਹਿੰਨੇ ਚਲ 1 ਮਹੀਨਾ ਕੋ ਖਾ ਲੋ ਦਵਾਈ ਅਕਸਰ ਇਹ ਗੱਟਸ ਫਿਰ ਇਹ ਤਾਂ ਨਹੀਂ ਹੈ ਜਿਸ ਤਰੀਕੇ ਨਾਲ ਇਸ ਵੇਲੇ ਜਿਹੜੇ ਬਾਹਰੋਂ ਮੁੰਡੇ ਜਾਂ ਕਈ ਵਾਰ ਹੁੰਦੇ ਨੇ ਕਿ ਕਮਜ਼ੋਰੀ ਵਾਲੇ ਜਿਹੜੇ ਮਰੀਜ਼ ਹੈਗੇ ਨੇ ਉਹ ਬਾਹਰੋਂ ਵਿਆਗਰਾ ਹੋ ਗਈ ਜਾਂ ਕੋਈ ਹੋਰ ਪਾਵਰ ਗੋਲੀਆਂ ਕੈਪਸੂਲ ਉਹ ਖਾਲ ਲੈਂਦੇ ਨੇ ਉਹਨਾਂ ਦਾ ਡਾਕਟਰ ਕਹਿੰਦੇ ਨੇ ਵੀ ਬੜਾ ਨੁਕਸਾਨ ਆ ਤੁਸੀਂ ਵੀ ਇੱਕ ਵਾਰ ਵੀਡੀਓ ਦੇ ਵਿੱਚ ਦੱਸਿਆ ਸੀ ਬੜਾ ਜ਼ਿਆਦਾ ਨੁਕਸਾਨ ਹੈ ਇਹਦਾ ਨੁਕਸਾਨ ਤਾਂ ਨਹੀਂ ਕੋਈ ਹੈ ਜਿੰਦਾ ਕੋਈ ਨੁਕਸਾਨ ਨਹੀਂ ਜਿੰਨਾ ਚਿਰ ਮਰਜ਼ੀ ਖਾ ਲਵੇ ਕੋਈ ਆਯੁਰਵੈਦਿਕ ਹੈਗਾ ਤੁਹਾਡੇ ਸਾਹਮਣੇ ਸਾਹਮਣੇ ਭਰਨਦੇ ਆ ਤੇ ਕੁਝ ਵੀ ਨਹੀਂ ਇਹਦੇ ਵਿੱਚ ਇਹੋ ਜਿਹਾ ਸੀ ਪਾਇਆ ਆ ਜਿੰਨੇ ਨਾਲ ਕੋਈ ਪ੍ਰੋਬਲਮ ਆਵੇ ਪੇਸ਼ੈਂਟ ਜਿੰਨੇ ਚਿਰ ਮਰਜ਼ੀ ਖਾ ਲਵੇ ਜੇ ਕਹਿੰਦਾ ਛਾਂਗੇ ਅਗਲੇ 1 ਮਹੀਨੇ ਦੀ ਥਾਂ ਤੇ 2-2 ਮਹੀਨੇ ਖਾ ਲੈਂਦੇ ਨੇ ਬੇਚ ਤਾਂ ਲੋਹੇ ਵਰਗੇ ਹੋ ਗਿਆ ਹੀ ਬੁੱਢੇ ਹੋਣਾ ਹੀ ਨਹੀਂ ਤੇ ਠੀਕ ਹੈ ਕੋਈ ਸਾਲ ਕੁ ਬਾਅਦ ਸਾਡੇ ਕੋਲ ਆ ਕੇ ਹਫਤੇ ਦੀ ਦਵਾਈ ਲੈ ਜਾਣਗੇ ਵੈਸੇ ਹੀ ਹਾਂ ਉਹ ਕਹਿੰਗੇ ਵੀ ਠੀਕ ਹੈ ਵੀ ਅਸੀਂ ਐਵੇਂ ਹੀ ਰਹਿਣਾ ਜਿਹੜੇ ਬਾਪੂ ਜੀ ਆਏ ਹੋਏ ਸੀ ਜੀ ਇਹ ਹਾਂਜੀ ਬਸ 70-80 ਸਾਲ ਦੇ ਬਜ਼ੁਰਗ ਵੀ ਆ ਜਾਂਦੇ ਨੇ ਸਾਡੇ ਕੋਲ ਕੱਲ ਇੱਕ ਬਜ਼ੁਰਗ ਆਏ ਸੀ ਤੇ ਗੇਟ ਨਹੀਂ ਸੀ ਉਹਨਾਂ ਤੋਂ ਖੁੱਲਦਾ ਪਿਆ ਮਤਲਬ ਦੁਕਾਨ ਦਾ ਗੇਟ ਜਿਹੜਾ ਜ਼ੋਰ ਲਾ ਕੇ ਖੋਲਦੇ ਪੈ ਸੀ ਤੇ ਵੀ ਉਹਨਾਂ ਦੇ ਹੱਥ ਕੰਬ ਰਹੇ ਸੀ ਤੇ ਉਹ ਦਵਾਈ ਵੇਖ ਲਓ ਮਰਦਾਨਾ ਤਾਕਤ ਵਾਸਤੇ ਲੈ ਕੇ ਗਏ ਨੇ ਦੇ ਉਹ ਯਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਵੀ ਪੇਸ਼ੈਂਟ ਹੀ ਪੇਸ਼ੈਂਟ ਨੂੰ ਦੱਸ ਰਿਹਾ ਹੈ। ਅੱਛਾ। ਕਿ ਵੀ ਅਸੀਂ ਇਹਦੇ ਨਾਲ ਠੀਕ ਹੋ ਰਹੇ ਹਾਂ। ਉਹਦਾ ਕੋਈ ਉਹਨਾਂ ਦਾ ਕੋਈ ਸਾਥੀ ਠੀਕ ਹੋਇਆ ਸੀ। ਹਾਂਜੀ ਉਹ ਫਿਰ ਜਦੋਂ ਉਹਦੇ ਹਾਮੋਂ ਬਰੋਂ ਠੀਕ ਹੁੰਦੇ ਨੇ ਉਹਨਾਂ ਦੇ ਤਾਂ ਉਹ ਕਹਿੰਦੇ ਨੇ ਜਾਓ ਡਾਕਟਰ ਗੁਰਚਰਨ ਸਿੰਘ ਬਾਂਸੀ ਗੇਟ ਬੈਠੇ ਹੋਏ ਨੇ ਫਰੀਪੁਰ ਸ਼ਹਿਰ ਦੇ ਵਿੱਚ ਉਹਨਾਂ ਕੋਲ ਜਾਓ ਦਵਾਈ ਲੈ ਕੇ ਆਓ ਦਾ ਇਲਾਜ ਲੋਏ ਵਰਗਾ ਹੋ ਜਾਂਦਾ ਬੰਦਾ। ਹੋਰ ਸੋ ਜੀ ਜੀ ਸਾਡੇ ਨਾਲ ਸੰਦੀਪ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਸੰਦੀਪ ਜੀ ਇਸ ਵੇਲੇ ਯੰਗਸਟਰਸ ਨੂੰ ਕਿਹੜੀ ਜ਼ਿਆਦਾ ਸਮੱਸਿਆ ਕਈ ਵਾਰ ਡਾਕਟਰ ਸਾਹਿਬ ਕੋਲ ਝਿਜਕ ਜਾਂਦਾ ਤੁਹਾਡੇ ਕੋਲ ਜਿਹੜਾ ਕੋਈ ਇੱਥੇ ਆਉਂਦਾ ਤੁਹਾਡੇ ਨਾਲ ਤਾਂ ਖੁੱਲ ਕੇ ਗੱਲ ਕਰਦੇ ਹੋਣਗੇ ਕਿਹੜੀ ਸਮੱਸਿਆ ਇਸ ਵੇਲੇ ਯੰਗਸਟਰਸ ਨੂੰ ਜ਼ਿਆਦਾ ਆ ਰਹੀ ਹੈ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਆਉਂਦੇ ਨੇ ਨੌਜਵਾਨ ਮੁੰਡੇ ਤੇ ਆ ਕੇ ਦੱਸਦੇ ਨੇ ਜਿਹੜੇ ਪਾਪਾ ਕੋਲ ਝਿਜਕ ਜਾਂਦੇ ਉਹਨਾਂ ਨੂੰ ਫਿਰ ਮੈਨੂੰ ਦੱਸਦੇ ਨੇ ਮਰਦਾਨਾ ਤਾਕਤ ਅਗਲੇ ਕਹਿੰਦੇ ਨੇ ਕਿ ਢਿੱਲਾ ਹੋ ਗਿਆ ਬਹੁਤ ਜ਼ਿਆਦਾ ਤੇ ਫਿਰ ਉਹਨਾਂ ਨੂੰ ਮੈਡੀਸਿਨ ਦਈ ਦੀ ਤੁਹਾਡੇ ਸਾਹਮਣੇ ਤਿਆਰ ਹੋ ਰਹੀ ਹੈ ਕੈਪਸੂਲ ਭਰਦੇ ਪਏ ਐਵੇਂ ਸ਼ਦਾ ਭਰੀ ਦੇ ਨੇ ਠੀਕ ਹੈ ਤੇ ਠੀਕ ਹੋ ਜਾਣਾ ਮਹੀਨਾ ਇੱਕ ਖਾਣੀ ਪੈਂਦੀ ਵਾਤ ਵਾਤ 1 ਬਸ ਬਹੁਤ ਵਧੀਆ ਟਾਪ ਦਾ ਰਿਜ਼ਲਟ ਹੈ ਜੀ ਅੱਛਾ ਹਾਂ ਜੀ ਕਿੰਨੇ ਕਿ ਦਿਨਾਂ ਦੇ ਵਿੱਚ ਜਿਹੜਾ ਕੈਮ ਹੋ ਜਾਂਦੇ ਨੇ ਮੁੰਡੇ ਬਸ ਆਣ ਦੀ ਡੇਰੀ ਹੈ ਜੀ ਬਸ ਸ਼ੁਰੂ ਕਰਨ ਦੋ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਮਿਲ ਜਣਾ ਉਹਨੂੰ ਮਤਲਬ ਇਹ ਤਾਂ ਨਹੀਂ ਹੈਗਾ ਵੀ ਜਿਹੜੇ ਕੋਈ ਨਾਰਮਲੀ ਮੈਡੀਕਲ ਸਟੋਰਾਂ ਤੋਂ ਗੋਲੀਆਂ ਕੈਪਸੂਲ ਲੈ ਕੇ ਖਾਂਦੇ ਸੀ ਪਹਿਲਾਂ ਉਹਨਾਂ ਤੇ ਲੱਗੇ ਹੋਏ ਨੇ ਫਿਰ ਉਸ ਤੋਂ ਬਾਅਦ ਇਹ ਤੁਹਾਡੇ ਨੁਸਖੇ ਫਾਰਮੂਲੇ ਤੇ ਲੱਗ ਜਾਣ ਮੁੰਡੇ ਨਹੀਂ ਨਹੀਂ ਇਹੋ ਜਿਹਾ ਕੋਈ ਵੀ ਨਹੀਂ ਹੈਗਾ ਸ਼ਰੇ ਆਮ ਦੇ ਦਾ ਜਿਹੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੈ 100% ਜਿਹੜੀ ਬੂਟੀ ਹੈ ਬਿਲਕੁਲ ਜੀ ਬਿਲਕੁਲ ਜਿੱਥੇ ਮਰਜ਼ੀ ਟੈਸਟ ਕਰਾ ਲੈਣ ਤਾਂ ਵੀ ਕੋਈ ਡਰ ਨਹੀਂ ਹਾਂਜੀ ਹਾਂਜੀ ਕਰੇਗਾ ਕੀ ਇਹ ਬਸ ਇਹ ਢਿੱਲਾਪਾਨ ਦੀ ਟਾਈਮਿੰਗ ਜਿਹੜੀ ਥੋੜਾ ਥੋੜਾ ਤੁਮ ਕਾੜੇ ਗਧਰੇਂਦਾ ਤੇ ਸਾਰਾ ਠੀਕ ਹੋ ਜਾਏਗਾ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਸਾਰੀ ਗੱਲਬਾਤ ਦੇ ਲਈ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਹੈ ਇੱਥੇ ਸਵਾਲ ਇਹ ਹੈ ਕਿ ਬਚਪਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਹੀਂ ਜ਼ਿਆਦਾ ਅਵੇਅਰ ਹੁੰਦੇ ਬੱਚੇ ਜਿਹੜੀ ਬਚਪਨ ਚ ਗਲਤੀਆਂ ਨੇ ਚਾਹੇ ਉਹ ਹੱਥ ਰਸੀ ਹੋਵੇ ਚਾਹੇ ਫਿਰ ਹੋਰ ਬਹੁਤ ਸਾਰੀਆਂ ਖੁਰਫਾਤਾਂ ਨੇ ਜਿਹੜੀਆਂ ਨਾ ਸਮਝੀ ਚ ਕਰ ਜਾਂਦਾ ਕਈ ਵਾਰ ਬੰਦਾ ਤੇ ਫਿਰ ਉਹਨਾਂ ਦਾ ਟ੍ਰੀਟਮੈਂਟ ਇਲਾਜ ਤੁਹਾਡੇ ਕੋਲ ਹੈ ਬਿਲਕੁਲ ਐਸੀ ਕੋਈ ਗੱਲ ਨਹੀਂ ਹੈਗੀ ਕਿਉਂ ਠੀਕ ਨਾ ਹੋਣ ਉਹ ਦਿਲ ਦੇ ਵਿੱਚੋਂ ਇਹ ਵਹਿਮ ਕੱਢਣ ਕਿ ਵੀ ਅਸੀਂ ਠੀਕ ਹੀ ਨਹੀਂ ਹੋਣਾ ਅਸੀਂ ਤੇ ਕਹਿੰਦੇ ਹੁੰਨੇ ਆ ਕਿ ਮੈਰਿਜ ਰੱਖੋ ਤੇ ਇੱਕ ਦਿਨ ਪਹਿਲਾਂ ਆ ਜਾਓ ਜੇ ਤੁਹਾਨੂੰ ਇਹ ਪ੍ਰੋਬਲਮ ਇਦਾਂ ਦੀ ਹੈਗੀ ਹੈ ਤਾਂ ਤੁਸੀਂ ਡਰਦੇ ਸ਼ਾਦੀ ਨਹੀਂ ਕਰਾ ਰਹੇ ਤਾਂ ਅਸੀਂ ਕਹਿੰਦੇ ਇੱਕ ਦਿਨ ਪਹਿਲਾਂ ਆ ਜਾਓ ਹੋਰ ਦੱਸੋ ਸ਼ਾਦੀ ਰੱਖ ਕੇ ਮਹੀਨਾ ਆਣਾ ਤਾਂ ਬੜੀ ਦੂਰ ਦੀ ਗੱਲ ਹੈ ਕਈ ਪੇਸ਼ੈਂਟ ਅੱਜ ਵੀ ਸਾਡੇ ਕੋਲ ਇਦਾਂ ਆਂਦੇ ਨੇ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਵੀ ਮੇਰੇ ਆਹ ਪ੍ਰੋਬਲਮ ਜੇ ਸਭ ਬਹੁਤ ਵੱਡੀ ਗੱਲ ਹੈ ਹਾਂਜੀ ਬਿਲਕੁਲ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਕਹਿਣਾ ਤੇ ਉਦੇ ਉਸ ਨੂੰ ਸਰੰਜਾਮ ਦੇਣਾ ਬਹੁਤ ਵੱਡੀ ਗੱਲ ਹੈ ਜੀ ਹਾਂ ਬਿਲਕੁਲ ਜੀ ਅਸੀਂ ਉਹਨਾਂ ਨੂੰ ਲੋਹੇ ਵਰਗਾ ਕਰ ਦਿੰਦੇ ਹਾਂ ਗੱਲ ਹੀ ਕੋਈ ਨਹੀਂ ਉਹਨਾਂ ਦੀ ਕੰਡ ਨਹੀਂ ਅਸੀਂ ਲਗਨ ਦਿੰਦੇ ਹਾਂ ਹਾਂ ਇਹ ਗੱਲ ਦੀ ਗਰੰਟੀ ਹੈ ਹੁਣ ਸਾਡੇ ਕੋਲ ਨੇ ਟਾਈਮ ਪਾਸ ਲਈ ਕੈਪਸੂਲ ਨੇ ਆ ਕੈਪਸੂਲ ਦੀ ਆ ਗੋਲੀ ਹੈ ਆਯੁਰਵੈਦਿਕ ਅਸੀਂ ਹੱਥ ਨਾਲ ਵੱਟੀ ਹੋਈ ਹੈ ਇਹਨਾਂ ਦੋਨੋਂ ਨੂੰ ਮਿਲਾ ਕੇ ਹੀ ਟਾਈਮ ਵਾਸਤੇ ਦਿੰਨੇ ਆ ਠੀਕ ਹੈ ਜੇਕਰ ਕੋਈ ਕਹਿੰਦਾ 1 ਮਿੰਟ ਨਹੀਂ ਲੱਗਦਾ ਤੁਸੀਂ ਕਹਿੰਦੇ 1 ਘੰਟਾ ਲੱਗਦਾ ਹਾਂ 1 ਮਿੰਟ ਤੋਂ ਚੁੱਕ ਕੇ ਟਾਈਮ ਇਹ ਜਿਹੜਾ ਹੈ 1 ਘੰਟੇ ਦਾ ਕਰ ਦਿੰਦੇ ਆ ਬਹੁਤ ਸਾਰੇ ਮਾਮਲੇ ਦੇ ਵਿੱਚ ਹੁੰਦਾ ਜੀ ਵੀ ਪਰਮਾਨੈਂਟ ਕੀ ਹੈ ਤਾਂ ਤੁਸੀਂ ਕਹਿ ਰਹੇ ਹੋ ਵੀ ਇਹ ਡੰਗ ਟਪਾਉ ਸੌਦਾ ਕਈ ਵਾਰ ਇਹ ਸ਼ੌਂਕ ਵਜੋਂ ਇਹ ਸ਼ੌਂਕ ਹੈ ਅੱਛਾ ਸ਼ੌਂਕ ਵਜੋਂ ਇਹ ਡੰਗ ਟਪਾਉ ਨਹੀਂ ਨਾ ਇਹ ਸ਼ੌਂਕ ਹੈ ਉਹ ਟਾਂ ਉਹ ਪਰਮਾਨੈਂਟ ਠੀਕ ਕਰਨ ਵਾਸਤੇ ਹੈ ਜਿਹੜਾ ਆ ਬਰੂ ਤੁਸੀਂ ਖਿਲਾ ਰਹੇ ਆ ਇੱਥੇ ਦਵਾਈ ਆ ਪੱਕਾ ਠੀਕ ਕਰਨ ਵਾਸਤੇ ਆ ਇਹ ਟਾਈਮ ਪਾਸਟ ਵਾਸਤੇ ਆ ਤੇ ਜਿਨ੍ਹਾਂ ਦੇ ਸ਼ੌਂਕ ਨੇ ਉਹ ਜੀ ਸੱਚ ਕੇ ਆ ਅੱਛਾ ਬਹੁਤ ਵਾਰ ਹੁੰਦਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਮੇਰੇ ਜ਼ੈਨ ਦੇ ਵਿੱਚ ਇਸ ਵੇਲੇ ਆ ਰਿਹਾ ਦੋ ਤਿੰਨ ਕਮੈਂਟਾਂ ਦੇ ਵਿੱਚ ਵੀ ਜਦੋਂ ਤੁਹਾਡੀ ਵੀਡੀਓ ਪਿਛਲੀ ਵਾਰ ਅਸੀਂ ਸ਼ੇਅਰ ਕੀਤੇ ਲੋਕਾਂ ਨੂੰ ਨੁਸਖਾ ਸ਼ੇਅਰ ਕੀਤਾ ਤਾਂ ਦੋ ਤਿੰਨ ਲੋਕਾਂ ਨੇ ਕਮੈਂਟ ਪਾਏ ਸੀ ਕਿ ਸਾਨੂੰ ਮੋਟਾਪਾ ਜਿਸ ਦਿਨ ਸਾਡਾ ਵਜ਼ਨ ਵਧਿਆ ਉਸ ਦਿਨ ਤੋਂ ਸਾਡੀ ਗਰਸਤੀ ਜਿਹੜੀ ਢੈ ਢੇਰੀ ਹੋ ਗਈ ਹੈ ਜੀ ਉਹ ਕੀ ਉਹਦਾ ਕੋਈ ਹੱਲ ਤੁਹਾਡੇ ਕੋਲ ਹਾਂ ਬਿਲਕੁਲ ਜੀ ਮੋਟਾਪਾ ਵਧਨ ਨਾਲ ਸਾਰੀਆਂ ਬਿਮਾਰੀਆਂ ਘੇਰਾ ਪਾ ਲੈਂਦੀਆਂ ਠੀਕ ਹੈ ਜੀ ਤੇ ਉਹਨਾਂ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਹੈ ਉਹ ਆ ਜਾਣੀ ਸਾਹਮਣੇ ਉਹਦੇ ਵਾਸਤੇ ਅਸੀਂ ਇੱਕ ਆ ਤਿਆਰ ਕੀਤਾ ਹੈ ਠੀਕ ਹੈ ਜੀ ਐਂਡ ਇਹ ਅਰਕੇ ਇਹ ਅਸੀਂ ਤਿਆਰ ਕੀਤਾ ਹੈ ਤੇ ਇਹ ਇੱਕ ਮਹੀਨੇ ਦੇ ਵਿੱਚ 5 ਤੋਂ 7 ਕਿਲੋ ਵੇਟ ਦੇ ਨਾਲ ਘਟ ਜਾਂਦਾ ਠੀਕ ਹੈ ਜੀ ਇਹਨੂੰ ਲਗਾਤਾਰ ਲੈਣਾ ਹੁੰਦਾ ਕੋਈ ਵੀ ਡਾਈਟਿੰਗ ਡਾਈਟ ਕਰਨ ਦੀ ਲੋੜ ਨਹੀਂ ਮਤਲਬ ਮੈਂ ਖਾਣਾ ਛੱਡ ਦੇਣਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਨਾ ਇਹ ਕੋਈ ਵਰਜਸ ਅਸੀਂ ਦੱਸਦੇ ਹਾਂ ਤੇ ਸਿਰਫ ਇਹਨੂੰ ਦੋ ਚਮਚੇ ਸਵੇਰੇ ਦੋ ਸ਼ਾਮ ਨੂੰ ਪੀਣਾ ਹੁੰਦਾ ਹੈ ਤੇ ਮਹੀਨਾ ਪੀ ਕੇ ਵੇਖੋ ਇੱਕੋ ਬੋਤਲ ਨਾਲ ਰਿਜ਼ਲਟ ਨੇ ਪਰਫਾਰਮੈਂਸ ਤੇ ਕੋਈ ਫਰਕ ਆਏ ਨਾ ਲੋਏ ਵਰਗਾ ਸੋਗੋਸਰੀ ਇਹ ਦੇਖੋ ਇੱਕ ਸਿਆਣੇ ਕਹਿੰਦੇ ਹੁੰਦੇ ਨੇ ਊਠ ਤੇ ਇੱਕ ਛੱਜ ਦਾਣਾ ਦਾ ਲਾਹ ਦੀਏ ਨਾ ਤੇ ਊਠ ਬੈਠਾ ਹੋਵੇ ਤੇ ਉਹ ਟੁੱਟਿਆ ਨਾ ਜਾਂਦਾ ਵਿੱਚ ਉੱਠ ਪੈਂਦਾ ਹੈ ਹੈ ਤੇ ਸੋਚ ਕੇ ਵੇਖੋ ਜਿੰਦਾ 10 ਕਿਲੋ weight ਘਟ ਜਾਵੇ ਜੇ ਉਹ 90 ਕਿਲੋ weight ਹੈ 10 ਘਟ ਕੇ 80 ਤੇ ਆ ਗਿਆ ਉਹਨੇ ਤਾਂ ਆਪਣੇ ਆਪ ਛਾਲ ਮਾਰ ਕੇ ਉੱਠਣਾ ਬਿਨਾਂ ਗੱਲ ਤੋਂ ਉਹ ਬੋ ਚੁੱਕਿਆ ਹੈ ਠੀਕ ਹੈ ਠੀਕ ਹੈ ਨਾ ਬਿਨਾਂ ਗੱਲ ਤੋਂ ਸਰੀਰ ਤੇ ਲੋਡ ਬਿਨਾਂ ਗੱਲ ਤੋਂ ਵੱਟਾ 20 ਕਿਲੋ ਦਵਾ ਦੇ ਜਾਂ 30 ਕਿਲੋ ਦਵਾ ਜੇ ਉਹਦਾ 60 weight ਚਾਹੀਦਾ ਹੈ ਤੂੰ 90 ਲਈ ਵੇਦਾ 30 ਕਿਲੋ weight ਬਿਨਾਂ ਗੱਲ ਤੋਂ ਚੁੱਕਿਆ ਮਤਲਬ ਹਰ ਟਾਈਮ ਹੀ ਸਮਝ ਲਓ ਵੀ ਉਹਨੇ ਸਿਰ ਤੇ ਭਾਰ ਚੁੱਕਿਆ ਹੈ ਤੇ ਦੱਸੋ ਕਿੰਨਾ ਕੁ ਸੌਖਾ ਰਹੇਗਾ ਜਿੰਨੇ ਵੇਟ ਚੁੱਕਿਆ ਹੋਵੇ 30 ਕਿਲੋ ਅੱਛਾ ਤੇ ਫਿਰ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਜੰਮੀ ਬੰਦਾ ਮੰਜੇ ਨਾਲ ਲੱਗਿਆ ਹਰ ਪਾਸਿਓਂ ਹਰ ਥਾਂ ਤੋਂ ਨਿਰਾਸ਼ਾ ਹੀ ਉਹਦੇ ਹੱਥ ਲੱਗੀ ਹੈ ਜਦੋਂ ਤੱਕ ਦਵਾਈ ਜਦੋਂ ਤੱਕ ਕੋਈ ਨੁਸਖਾ ਫਾਰਮੂਲਾ ਇਸਤੇਮਾਲ ਕੀਤਾ ਉਹਦੋਂ ਤੱਕ ਤਾਂ ਉਹਨੂੰ ਫਰਕ ਹੈ ਉਸ ਤੋਂ ਬਾਅਦ ਫਿਰ ਉਹ ਮੰਜੇ ਨਾਲ ਲੱਗ ਜਾਂਦਾ ਜੀ ਨਹੀਂ ਐਸੀ ਕੋਈ ਗੱਲ ਨਹੀਂ ਆਏਗੀ ਤਾਨੂੰ ਅਸੀਂ ਦੱਸਿਆ ਦੂਜੇ ਤੋਂ ਤੀਜੇ ਦਿਨ ਜਾ ਕੇ ਫਰਕ ਪੈਂਦਾ ਹੈ ਔਰ ਪਰਮਾਨੈਂਟ ਠੀਕ ਹੋ ਜਾਂਦਾ ਹਾਂ ਇਹ ਦਿਲ ਦੇ ਵਿੱਚੋਂ ਗੱਲ ਕੱਢਦੇ ਹੁਣ ਦੇਖੋ ਫੌਰਨ ਤੋਂ ਸਾਡੇ ਕੋਲ ਮੈਡੀਸਨਾਂ ਲੈਣ ਆਉਂਦੇ ਨੇ ਮਤਲਬ ਉਹ ਕੋਰੀਅਰ ਭੇਜੀ ਦੇਣੇ ਅਸੀਂ ਤੇ ਉਹਨਾਂ ਦੇ ਬਾਹਰ ਬੈਠੇ ਉਹਨਾਂ ਵਾਸਤੇ ਵੀ ਸੇਵਾ ਤੁਹਾਡੀ ਉਪਲਬਧ ਹੈਗੀ ਹੈ ਹਾਂਜੀ ਉਹਨਾਂ ਵਾਸਤੇ ਵੀ ਤੇ ਅਸੀਂ ਕੋਰੀਅਰ ਐ ਮੈਡੀਸਨ ਭੇਜਦੇ ਆ ਤੇ ਕੋਈ ਕੰਪਲੇਂਟ ਨਾਲ ਨਹੀਂ ਚੀਜ਼ ਹੀ ਨਹੀਂ हां ਜਿਹੜੇ ਨਰਾਸ਼ ਹੋ ਗਏ ਨੇ ਲੱਖਾਂ ਰੁਪਇਆ ਖੋਖ ਚੁੱਕਿਆ ਕਈ ਇਸ ਤਰ੍ਹਾਂ ਸਾਨੂੰ ਕਹਿਣਗੇ ਵੀ ਮੈਂ ਤਾਂ 50000 ਦੀ ਦਵਾਈ ਇਕੱਠੀ ਮੰਗਵਾ ਲਈ ਮੈਂ 40000 ਦੀ ਮੰਗਵਾ ਲਈ ਕਈ ਤਾਂ ਲੱਖ ਲੱਖ ਸਵਾ ਸਵਾ ਲੱਖ ਦੀ ਦਵਾਈ ਮੰਗਵਾਈ ਜਾਂਦੇ ਨੇ ਪਤਾ ਨਹੀਂ ਉਹ ਇੰਨੇ ਪੈਸੇ ਕਿੱਥੇ ਖੋਖਦੇ ਨੇ ਵਿਚਾਰੇ ਤੇ ਅਸੀਂ ਕਹਿੰਦੇ ਸਾਡੇ ਕੋਲ ਆਓ ਸਸਤਾ ਹੈ ਸੌਦਾ ਕੋਈ ਮਹਿੰਗਾ ਸੌਦਾ ਨਹੀਂ ਹਾਂ ਤੇ ਖਾਓ ਤੇ ਮौज-ਮਸਤੀ ਕਰੋ ਤੇ ਆਹ ਦੇਖੋ ਇਹਦੇ ਬਾਰੇ ਤੁਸੀਂ ਦੱਸੋ ਪੇਸ਼ੈਂਟਾਂ ਨੂੰ ਇਹ ਆ ਜਿਹੜੇ ਕੈਪਸੂਲ ਨੇ 골ਡਨ ਹੁਣ ਦੇਖੋ ਨਸ਼ੇ ਦੇ ਵਿੱਚ ਲੋਕ ਬੁਰੀ ਤਰ੍ਹਾਂ ਫਸ ਗਏ ਘਰ ਘਰ ਇਹ ਅੱਗ ਪਹੁੰਚ ਗਈ ਹੋਈ ਹੈ ਇਹਦਾ ਸੇਕ ਕਿਸੇ ਨਾ ਕਿਸੇ ਤਰੀਕੇ ਲੱਗਾ ਹੈ ਕਿਸੇ ਭੈਣ ਨੂੰ ਭਰਾ ਦਾ ਲੱਗਾ ਹੈ ਤੇ ਜਾਂ ਪਤਨੀ ਨੂੰ ਘਰ ਵਾਲੇ ਦਾ ਲੱਗਾ ਹੈ ਮਤਲਬ ਇਸ ਤਰ੍ਹਾਂ ਜਾਂ ਮਾਂ ਨੂੰ ਪੁੱਤ ਦਾ ਲੱਗਾ ਹੈ ਸੇਕ ਲੱਗਾ ਜ਼ਰੂਰ ਹਰੇ ਘਰ ਨੂੰ ਜਾਂ ਕਿਸੇ ਨੂੰ ਕਿਸੇ ਰਿਸ਼ਤੇਦਾਰ ਦਾ ਲੱਗਾ ਹੈ ਮਤਲਬ ਕੋਈ ਵੀ ਹਰ ਤਰ੍ਹਾਂ ਦੇ ਨਸ਼ੇ ਦੇ ਵਿੱਚ ਕਈ ਤਰ੍ਹਾਂ ਦੇ ਨਸ਼ੇ ਆ ਗਏ ਨੇ ਮਰਚਲਤ ਖਾਸ ਕਰਕੇ ਚਿੱਟਾ ਜਿੰਨੇ ਘਾਰ ਹੀ ਖਤਮ ਕਰ ਦਿੱਤੇ ਕਿਉਂਕਿ ਉਹ ਮਹਿੰਗਾ ਹੀ ਇੰਨਾ ਜ਼ਿਆਦਾ ਹੈ ਪਹੁੰਚ ਤੋਂ ਬਾਹਰ ਹੈ ਖਾਣਾ ਚਾਹਦੇ ਸੀ ਇਹ ਵੱਡੇ ਵੱਡਿਆਂ ਦਾ ਸ਼ੌਂਕ ਸੀ ਆ ਗਿਆ ਗਰੀਬਾਂ ਦੇ ਵਿੱਚ ਹੁਣ ਗਰੀਬ ਲੋਕ 500 ਰੁਪਏ ਦਿਹਾੜੀ ਲਾ ਕੇ ਆਉਂਦੇ ਨੇ ਕੋਈ 400 ਦਿਹਾੜੀ ਕਰਕੇ ਆਂਦਾ ਤੇ ਸ਼ਾਮ ਨੂੰ ਚਿੱਟਾ ਪੀ ਜਾਂਦੇ ਨੇ ਹੈ ਉਹ 500 ਦੀ ਪੋੜੀ ਲੈ ਕੇ 19 ਕੋਈ ਲੈ ਲੈਂਦੇ ਨੇ ਚੱਲ ਵੀ ਤੇ ਸਵੇਰੇ ਵੀ ਲੈ ਲਈ ਜਾਂ ਸ਼ਾਮ ਲੈ ਲਈ ਤੇ ਟਾਈਮ ਪਾਸ ਕਰੀ ਗਿਆ ਕੋਈ ਗੋਲੀਆਂ ਤੇ ਲੱਗ ਗਿਆ ਕੋਈ ਕੈਪਸੂਲਾ ਤੇ ਲੱਗ ਗਿਆ ਕੋਈ ਕਿੰਨੇ ਮੈਂ ਪ੍ਰੈਗਾ ਕੈਪਸੂਲ ਖਾਨਾ ਕੋਈ ਕੁਛ ਖਾਂਦਾ ਕੋਈ ਕੁਛ ਖਾਂਦਾ ਅਸੀਂ ਕਹਿੰਨੇ ਆ ਕਿ ਜੇ ਕਿਸੇ ਕੋਈ ਦਲਦਲ ਦੇ ਵਿੱਚ ਫਸ ਗਿਆ ਇਸ ਤਰ੍ਹਾਂ ਦੇ ਨਸ਼ੇ ਦੀ ਦਲਦਲ ਦੇ ਵਿੱਚ ਕੋਈ ਫਸ ਗਿਆ ਉਹਦੇ ਕੋਲੋਂ ਨਹੀਂ ਨਿਕਲਿਆ ਜਾਂਦਾ ਤੇ ਆਓ ਅਸੀਂ ਕੱਢਦੇ ਆ ਅੱਛਾ ਹਾਂ ਗਾਰੰਟੀ ਸ਼ੁੱਡ ਹਾਡੇ ਕੋਲ ਆ ਜੀ ਬਹੁਤ ਔਖਾ ਹੈ ਜੀ ਚਿੱਟੇ ਵਾਲੇ ਦਾ ਤਾਂ ਮੈਂ ਨਾ ਜੀ ਪਹਿਲੇ ਦਿਨ ਅਸੀਂ ਨਸ਼ਾ ਬੰਦ ਕਰਦੇ ਜੇ ਇਹ ਐਵੇਂ ਮੈਂ ਕਿ ਨਸ਼ਾ ਛੱਡਿਆ ਨਹੀਂ ਜਾ ਸਕਦਾ ਸਿਰਫ ਘਰੇ ਬੈਠੇ ਉਹਨਾਂ ਦੇ ਅੰਦਰ ਇਹ ਗੱਲ ਘਰ ਘਰ ਕੀ ਹੋਈ ਗੱਲ ਘਰ ਘਰ ਕੀ ਤੇ ਵੀ ਨਸ਼ੇ ਦੇ ਦਲਦਲ ਚ ਅਸੀਂ ਨਿਕਲ ਨਹੀਂ ਸਕਦੇ ਤੇ ਅਸੀਂ ਕੰਨਿਆ ਅਸੀਂ ਪਹਿਲੇ ਦਿਨ ਨਸ਼ਾ ਬੰਦ ਕਰ ਦਿੰਨੇ ਆ ਸਾਡੇ ਕੈਪਸੂਲ ਸ਼ੁਰੂ ਹੋ ਜਾਂਦੇ ਆ 15 ਦਿਨ ਖਾਣੇ ਹੁੰਦੇ ਆ ਪਹਿਲੇ ਦਿਨ ਬੰਦ ਹੋ ਗਏ ਤੇ 15 ਦਿਨਾਂ ਬਾਅਦ ਇਹ ਦਵਾਈ ਵੀ ਨਹੀਂ ਅਸੀਂ ਲੋੜ ਪੈਂਦੀ ਮਤਲਬ ਖਵਾਉਂਦੇ ਹੀ ਨਹੀਂ ਉਸ ਤੋਂ ਬਾਅਦ ਲੋੜ ਹੀ ਨਹੀਂ ਪੈਂਦੀ ਜਿੰਨਾ ਮਰਜ਼ੀ ਹੈਵੀ ਡੋਸ ਲੈਂਦਾ ਹੋਵੇ ਨਾ ਮਰਜ਼ੀ ਹੈਵੀ ਡੋਸ ਇੱਥੋਂ ਤੱਕ ਇੰਜੈਕਸ਼ਨ ਵੀ ਲਗਾਉਂਦਾ ਹੋਵੇ ਹਾਂ ਲੋਕਾਂ ਨੇ ਨਾੜਾਂ ਵੇਨ ਛੱਡੀਆਂ ਨੇ ਉਹਦੀਆਂ ਵੇਨ ਦਿਲਦੀਆਂ ਨਹੀਂ ਤੇ ਤੁਸੀਂ ਹਸਾਬ ਨਾਲ ਇਸ ਤਰ੍ਹਾਂ ਦੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਡਾਕਟਰ ਉਹਨਾਂ ਦੀ ਵੇਨ ਨਹੀਂ ਲੱਭ ਸਕਦਾ ਤੇ ਉਹ ਲੱਭ ਲੈਂਦੇ ਨੇ ਜੀ ਜੀ ਇਸ ਤਰ੍ਹਾਂ ਦੇ ਪੇਸ਼ੈਂਟਾਂ ਦੇ ਹਾਲਤੇ ਔਰ ਅਸੀਂ 15 ਦਿਨ ਦਵਾਈ ਦੇ ਦਿੰਨੇ ਆ 15 ਦਿਨਾਂ ਦੀ ਗਰੰਟੀ ਸ਼ੁੱਧ ਇਲਾਜ ਔਰ ਗਰੰਟਰਡ ਇਲਾਜ ਮਤਲਬ ਬਿਲਕੁਲ ਠੀਕ ਹੋ ਜਾਂਦਾ ਕੋਈ ਤੋੜ ਨਹੀਂ ਕੋਈ ਲੈਟਰਿੰਗ ਲੱਗਦੀਆਂ ਕੋਈ ਉਲਟੀਆਂ ਨਹੀਂ ਲੱਗਦੀਆਂ ਕੋਈ ਤੰਗੀ ਨਹੀਂ ਆਂਦੀ ਕੰਮ ਵਾਂਗ ਕਰਦਾ ਫਿਰਦਾ ਭਾਵੇਂ ਕੋਈ ਕਹੀ ਵਾਂਦਾ ਉਹ ਕਰਦਾ ਫਿਰੇ ਵਾਂਦਾ ਫਿਰੇ ਜੇ ਕੋਈ ਮੰਨ ਲਓ ਕਿਸੇ ਤਰ੍ਹਾਂ ਦਾ ਲੇਬਰ ਦਾ ਕੰਮ ਕਰਦਾ ਤਾਂ ਜੇ ਕੋਈ ਟਰੱਕ ਚਲਾਉਂਦਾ ਤਾਂ ਫਿਰ ਇਹਦੇ ਵਿੱਚ ਕੋਈ ਨਿਸ਼ਾਨੀ ਨਹੀਂ ਹੈਗਾ ਕਿ ਵੀ ਜਿਹੜੀ ਉਹਨੂੰ ਉਹ ਡਰਾਈਵਰੀ ਨਹੀਂ ਕਰ ਸਕਦਾ ਇਹੋ ਜਿਹਾ ਵੀ ਕੁਝ ਨਹੀਂ ਹਾਂਜੀ ਅੱਛਾ ਤੇ ਡਾਕਟਰ ਸਾਹਿਬ ਇੱਕ ਹੀ ਰੱਖਿਓ ਹੈ ਜੀ ਲਿਕਵਿਡ ਇਹ ਅਸੀਂ ਜਿਹੜਾ ਲਿਕਵਿਡ ਰੱਖਿਆ ਆ ਇਹ ਹਰ ਤਰ੍ਹਾਂ ਦੀ ਬਿਮਾਰੀ ਵਾਸਤੇ ਇਹਨੂੰ ਅਸੀਂ ਧੁੰਨੀ 'ਚ ਪਾਉਣ ਵਾਸਤੇ ਤੇਲ ਦਿੰਨੇ ਆ ਇਹ ਧੁੰਨੀ 'ਚ ਪਾਈਦਾ ਠੀਕ ਹੈ ਠੀਕ ਹੈ ਜੀ ਜਿਸੇ ਵੀ ਤਰ੍ਹਾਂ ਦੀ ਤੇ ਅਸੀਂ ਜਿਹੜੇ ਨਮਰਦੀ ਵਾਸਤੇ ਇਹਨੂੰ ਇੱਕ ਬੂੰਦ ਅਸੀਂ ਪੀਣ ਲਈ ਦਿੰਨੇ ਆ ਇੱਕ ਬੂੰਦ ਅਸੀਂ ਧੁੰਨੀ ਚ ਪਾਉਣ ਵਾਸਤੇ ਦਿੰਨੇ ਆ ਤੇ ਇਹ ਗਰੰਟੀ ਸ਼ੂ ਦਾ ਇਲਾਜ ਹੈ ਦਾ ਬਿਲਕੁਲ ਹੀ ਠੀਕ ਕਰਦਾ ਹੈ ਇਥੋਂ ਤੱਕ ਕਿ ਸ਼ੂਗਰ ਵੀ ਠੀਕ ਕਰਦਾ ਹੈ ਹੋਰ ਵੀ ਕਈ ਤਰ੍ਹਾਂ ਦੀ ਜਿਵੇਂ ਗੋਡੇ ਪੀੜ ਹੋ ਰਹੇ ਨੇ ਹਰ ਤਰ੍ਹਾਂ ਦਾ ਮਰੀਜ਼ ਨੂੰ ਲੈ ਸਕਦਾ ਹਾਂ ਲਗਾਤਾਰ ਧੁੰਨੀ ਦੇ ਵਿੱਚ ਪਾਉਣ ਦੇ ਨਾਲ ਲਗਾਤਾਰ ਇੱਕ ਬੂੰਦ ਡੇਲੀ ਵੇਖੋ ਤੁਸੀਂ ਇਹਦੀ ਤਾਕਤ ਕਿੰਨੀ ਹੈ ਕਿ ਇੱਕ ਬੂੰਦ ਤੋਂ ਦੋ ਦਿਨ ਹੀ ਹੈਗੀ ਨਿਚੇ ਵਿੱਚ ਵੀ ਇੱਕ ਬੂੰਦ ਪਾਉਣੀ ਹੈ ਨਿਚੇ ਵੀ ਇੱਕ ਬੂੰਦ ਪਾਣੀ ਤੇ ਜੀਭ ਤੇ ਵੀ ਇੱਕ ਬੂੰਦ ਹਾਂਜੀ ਬਸ ਜੀ ਜੀ ਬਹੁਤ ਵਧੀਆ ਰਿਜ਼ਲਟ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਅੱਜ ਆਪਣਾ ਨੁਸਖਾ ਫਾਰਮੂਲਾ ਜਿਹੜਾ ਉਹ ਦਿੱਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਇਸ ਵੇਲੇ ਜਿਹਦੇ ਦਿਮਾਗ ਦੇ ਵਿੱਚ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਉਹ ਤਾਂ ਠੀਕ ਹੋ ਹੀ ਨਹੀਂ ਸਕਦੇ ਚਾਹੇ ਨਸ਼ੇ ਦਾ ਮਾਮਲਾ ਹੋਵੇ ਜਾਂ ਫਿਰ ਕਮਜ਼ੋਰੀ ਦਾ ਮਾਮਲਾ ਹੋਵੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਹੁਤ 2-3 ਦਿਨਾਂ ਦੇ ਵਿੱਚ ਕਮਜ਼ੋਰੀ ਵਾਲਾ ਮਾਮਲਾ ਔਰ 15 ਦਿਨਾਂ ਦੇ ਵਿੱਚ ਵਿੱਚ ਨਸ਼ੇ ਵਾਲਾ ਮਾਮਲਾ ਜਿਹੜਾ ਚੈਪਟਰ ਹੈਗਾ ਨੌਜਵਾਨਾਂ ਦਾ ਉਹ ਬਿਲਕੁਲ ক্লোਜ਼ ਹੈ ਜਿਹੜਾ ਉਹ ਹੋ ਸਕਦਾ ਹੈ ਅਜੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਰਾਬਤਾ ਕਰਨਾ ਹੋਵੇ ਅਸੀਂ ਕਿਵੇਂ ਜਿਹੜੇ ਸਾਡੇ ਦਰਸ਼ਕ ਵੀ ਰਹਿਗੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਜਾਂ ਆਊਟ ਆਫ ਪੰਜਾਬ ਨੇ ਉਹ ਕਿਵੇਂ ਫਿਰੋਜ਼ਪੁਰ ਬਾਂਸੀ ਗੇਟ ਤੱਕ ਪਹੁੰਚ ਸਕਦੇ ਨੇ ਜਾਂ ਕਿਵੇਂ ਤੁਹਾਡੇ ਨਾਲ رابطہ ਕਰ ਸਕਦੇ ਨੇ ਹਾਂਜੀ ਇਹ ਮੇਰਾ ਨਾਮ ਡਾਕਟਰ ਗੁਰਚਰਨ ਸਿੰਘ ਥਿੰਦ ਦੇ ਚੌਂਕ ਬਾਂਸੀ ਗੇਟ ਆਊਟਸਾਈਡ ਬਾਂਸੀ ਗੇਟ ਇੱਕ ਦੁਕਾਨ ਛੱਡ ਕੇ ਚੌਂਕ ਦੇ ਨਾਲ ਦੂਜੀ ਦੁਕਾਨ ਹੈ ਠੀਕ ਹੈ ਬਾਹਰ ਸ਼ੀਸ਼ੇ ਵਾਲਾ ਗੇਟ ਲੱਗਾ ਹੈ ਔਰ ਬਾਹਰ ਲਿਖਿਆ ਹੈ ਡਾਕਟਰ ਗੁਰਚਰਨ ਸਿੰਘ ਥਿੰਦ ਠੀਕ ਹੈ ਠੀਕ ਹੈ ਜੀ ਤੇ ਨੰਬਰ ਮੈਂ ਆਪਾਂ ਥੱਲੇ ਵੀ ਲਿਖ ਦਿੰਦੇ ਆਂ ਵੈਸੇ ਮੈਂ ਦੱਸ ਵੀ ਦੇਣਾ 9855628302 9592405224 ਤੇ ਰابطਾ ਕਾਇਮ ਕਰਨਾ ਠੀਕ ਹੈ ਜਿਹੜੇ ਬਾਹਰ ਬੈਠੇ ਵੀਰ ਨੇ ਉਹ ਵਟਸਐਪ ਕਾਲ ਕਰਨ ਕਿਉਂਕਿ ਅਸੀਂ ਫਿਰ ਕਾਲ ਚੱਕ ਲਈਦੀ ਹੈ ਤੇ ਜੇਕਰ ਉਹਨਾਂ ਦੇ ਮਤਲਬ ਅਸੀਂ ਨਹੀਂ ਚੁੱਕ ਸਕਦੇ ਕਈ ਵਾਰੀ ਕਾਲ ਕਿ ਇਹ ਸਾਨੂੰ ਫੋਨ ਜਿਹੜੇ ਨੇ ਬਹੁਤ ਜ਼ਿਆਦਾ ਆਣ ਦੀ ਵਜ੍ਹਾ ਕਰਕੇ ਤਾਂ ਉਹ ਸਾਨੂੰ ਮੈਸੇਜ ਜ਼ਰੂਰ ਛੱਡਣ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਤੇ ਬਹੁਤ ਸੌਖਾ ਹੈ ਜੇਕਰ ਕਿਸੇ ਨੇ ਬਸ ਤੇ ਆਣਾ ਹੈ ਤਾਂ ਉਹ ਬਸ ਸਟੈਂਡ ਉੱਤਰ ਕੇ ਬਸ ਸਟੈਂਡ ਤਿੰਨ ਨਾਲ ਉਹਨੂੰ ਆਟੋ ਮਿਲ ਜਾਂਦਾ ਹੈ ਉਹ ਚੌਕ ਬਾਂਸੀ ਗੇਟ ਲੈ ਆਂਦਾ ਹਾਂ ਹਾਂ ਜੇ ਲੋਕੇਸ਼ਨ ਲੈਣੀ ਹੈ ਤਾਂ ਦੇਵ ਸਮਾਜ ਕਾਲਜ ਦੇ ਨਾਂ ਤੇ ਭਰ ਕੇ ਤੇ ਉਹ ਆ ਸਕਦੇ ਨੇ ਜੀ ਜੀ ਪਰ ਡਾਕਟਰ ਸਾਹਿਬ ਜੀ ਥੋੜੇ ਭੀੜ ਬੜੀ ਰਹਿੰਦੀ ਹੈ ਜੀ ਕਈ ਵਾਰ ਤਾਂ ਵੀਡੀਓ ਬਣਾਉਣੀ ਔਖੀ ਹੋ ਜਾਂਦੀ ਹੈ ਸਾਨੂੰ ਇੱਕ ਜਾਂਦਾ ਇੱਕ ਆਉਂਦਾ ਤੇ ਫਿਰ ਸਿੱਧੀ ਆਜ ਨਹੀਂ ਕੋਈ ਅਪਾਇੰਟਮੈਂਟ ਲੈ ਕੇ ਆਣ ਪੁੱਛ ਕੇ ਆਉਣ ਪਹਿਲਾਂ ਤੁਹਾਡੇ ਕੋਲ ਟਾਈਮ ਲੈ ਕੇ ਆਉਣ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਸਕਦੇ ਆ ਅਸੀਂ ਬਾਹਰ ਦੇ ਪੇਸ਼ੈਂਟਾਂ ਨੂੰ ਜਿਹੜੀ ਉਹ ਪਹਿਲ ਦੇ ਦਿੱਤੀ ਹਾਂ ਜਦੋਂ ਕੋਈ ਮਰਜ਼ੀ ਆ ਸਕਦਾ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਜਾਣਕਾਰੀ ਦੇਣ ਵਾਸਤੇ ਤੋਂ ਕਿ ਸੰਡੇ ਨਹੀਂ ਆਣਾ ਇਹ ਸੰਡੇ ਬੰਦ ਹੈ ਸੰਡੇ ਬੰਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਾਡੇ ਡਾਕਟਰ ਗੁਰਚਰਨ ਸਿੰਘ ਥਿੰਦ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੀ ਕਮਜ਼ੋਰੀ ਨਾਲ ਸੰਬੰਧਿਤ ਆਪਣੇ ਅਗਰ ਕੋਈ ਤੁਹਾਡੇ ਚੋਂ ਨਸ਼ੇ ਨਾਲ ਪੀੜਤ ਹੈਗਾ ਕੋਈ ਰਿਸ਼ਤੇਦਾਰ ਤੁਹਾਡਾ ਨਸ਼ੇ ਨਾਲ ਪੀੜਤ ਹੈਗਾ ਕੋਈ ਯਾਰ ਦੋਸਤ ਤੁਹਾਡਾ ਨਸ਼ੇ ਨਾਲ ਪੀੜਤ ਹੈਗਾ ਤਾਂ ਉਹ ਦਿੱਕਤਾਂ ਪਰੇਸ਼ਾਨੀਆਂ ਇੱਥੇ ਬਹੁਤ ਛੇਤੀ ਜਿਹੜਾ ਉਹਦਾ ਹੱਲ ਹੈਗਾ ਬਾਰਡਰ ਵਾਲੇ ਵੈਦ ਵੈਦ ਗੁਰਚਰਨ ਸਿੰਘ ਥਿੰਦ ਜਿਹੜਾ ਉਹ ਬੜੀ ਆਸਾਨੀ ਨਾਲ ਉਹਨਾਂ ਦਾ ਦਾਅਵਾ ਹੈ ਕਿ ਉਹ ਕਰ ਦਿੰਦੇ ਨੇ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਛੱਡ ਦਿਓ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਡਾਕਟਰ ਗੁਰਚਰਨ ਸਿੰਘ ਥਿੰਦ ਹੋਰਾ ਕੋਲੋਂ ਉਹ ਤੁਹਾਡਾ ਸਵਾਲ ਹੈ ਜਿਹੜਾ ਅਸੀਂ ਜ਼ਰੂਰ ਲੈ ਲਈਏ ਧੰਨਵਾਦ